ਉਹ ਸਾਡੇ ਮਨ ਵਿੱਚ ਇਹੀ ਇੱਕ ਗੱਲ ਸੀਗੀ ਵੀ ਕੋਈ ਇਹੋ ਜਿਹੀ ਜਗ੍ਹਾ ਬਣਾਈ ਜਾਵੇ ਜਿੱਥੇ ਆਮ ਲੋਕਾਂ ਨੂੰ ਟਰੈਫਿਕ ਦੀ ਸਹੂਲਤ ਹੋਵੇ, ਖੁੱਲ੍ਹਾ ਵਾਤਾਵਰਨ ਹੋਵੇ। ਉਹ ਸੋਚ ਕੇ ਅਸੀਂ ਫਿਰ ਇੱਥੇ ਜਿਵੇਂ ਜਗ੍ਹਾ ਕਵਰ ਕੀਤੀ, ਫਿਰ ਜਗ੍ਹਾ ਬਣਾਈਏ ਲੈ ਕੇ ਵੱਡੇ ਸ਼ੋਰੂਮ ਬਣਾਇਆ, ਮੂਹਰੇ ਪਾਰਕ ਛੱਡੀ ਆ ਜਿਵੇਂ 30 ਫੁੱਟ ਫਰੰਟ ਮੂਹਰੇ ਛੱਡਿਆ ਹੋਇਆ। ਦਰਸ਼ਕ ਪੰਜਾਬ ਦਾ ਚੈਨਲ 'ਤੇ ਤੁਹਾਡਾ ਸਵਾਗਤ ਹੈ। ਜਿਸੇ ਆਏ ਫਤਿਹ ਬਾਜ਼ਾਰ, ਜਿਹੜੀ ਕਿ ਕ੍ਰੀਏਟਿਵਨੈਸ ਹੈ ਉਸ ਇਨਸਾਨ ਦੀ ਜਿਹਨੇ ਸੋਚਿਆ ਕਿ ਮੈਂ ਮੁੱਲਾਂਪੁਰ ਦੇ ਵਿੱਚ ਇੱਕ ਬਹੁਤ ਵਧੀਆ ਸ਼ੋਪਿੰਗ ਆਊਟਲੈਟ ਦੇਵਾਂ। ਔਰ ਉਹਦੇ 'ਚ ਆਪਾਂ ਦੇਖ ਸਕਦੇ ਸ਼ੋਰੂਮਸ ਹੈਗੇ ਆ, ਅੱਗੇ ਪਿੱਛੇ ਵੀ ਸ਼ੋਪਸ ਹੈਗੀਆਂ। ਔਰ ਜਦੋਂ ਬੰਦਾ ਮੁੱਲਾਂਪੁਰ ਇੰਟਰ ਹੋਣ ਲੱਗ ਜਾ, ਪੁਲ ਚੜ੍ਹਨ ਲੱਗਦਾ, ਉਹਦੇ ਕੋਲ ਰਾਈਟ ਹੈਂਡ 'ਤੇ ਸਾਈਡ 'ਤੇ ਨਿਗਾਹ ਮਾਰਦਾ ਤਾਂ ਮਜ਼ਾ ਆਉਂਦਾ ਉਹਨਾਂ ਨੂੰ, ਕਿਉਂਕਿ ਇੱਕ ਨਏ ਆਈਡੀਆ ਦੇ ਨਾਲ ਉਹਨਾਂ ਨੇ ਇੱਕੋ ਤਰ੍ਹਾਂ ਦੇ ਸ਼ੋਰੂਮ, ਇੱਕੋ ਤਰ੍ਹਾਂ ਦੇ ਨੇ, ਇੱਕੋ ਤਰ੍ਹਾਂ ਦੀ ਉਹਨਾਂ ਦੀ ਲੈਂਥ ਹੈਗੀ ਆ, ਔਰ ਸਾਰੇ ਅਲੱਗ ਅਲੱਗ ਨੇ। ਗੱਲ ਕਰ ਰਹੇ ਹਾਂ ਵਨ ਆਫ ਦੀ ਸ਼ੋਪਕੀਪਰਸ ਦੇ ਨਾਲ ਉਹਨਾਂ ਦੇ। ਬੇਟਾ ਕੀ ਕਹਿਣਾ ਚਾਹੋਗੇ ਕਿ ਫਤਿਹ ਬਾਜ਼ਾਰ ਦੇ ਵਿੱਚ ਜਿਹੜੇ ਸ਼ੋਰੂਮਸ ਹੈਗੇ ਆ ਬਹੁਤ ਹੀ ਪਿਆਰੇ ਔਰ ਵਧੀਆ ਬਣੇ ਹੋਏ ਨੇ, ਔਰ ਇੱਕੋ ਤਰ੍ਹਾਂ ਦੀ ਸਿਮੈਟਰੀ ਹੈਗੀ ਆ, ਔਰ ਜਿਸ ਤਰੀਕੇ ਦੇ ਨਾਲ ਇਹ ਬਿਲਕੁਲ ਸ਼ਹਿਰ ਦੇ ਵਿੱਚ ਹੈਗੇ ਆ, ਕੀ ਕਹਿਣਾ ਚਾਹੋਗੇ? ਸਰ, ਇੱਕ ਤਾਂ ਸਭ ਤੋਂ ਵੱਡੀ ਸਹੂਲਤ ਇੱਥੇ ਪਾਰਕਿੰਗ ਦੀ, ਕਸਟਮਰ ਨੂੰ ਪੁੱਲ ਤੋਂ ਦੂਸਰੇ ਪਾਸੇ ਪਾਰਕਿੰਗ ਦੀ ਬਹੁਤ ਦਿੱਕਤ ਆਉਂਦੀ ਹੈ, ਇੱਥੇ ਕਸਟਮਰਸ ਨੂੰ ਪਾਰਕਿੰਗ ਦੀ ਬਹੁਤ ਈਜ਼ੀਨੈਸ ਹੈ। ਬਾਕੀ ਨਾ ਸਿਮੈਟਰੀ 'ਚ ਹੈਗੀਆਂ ਦੁਕਾਨਾਂ ਸਾਰੀਆਂ, ਜਿਹਦੇ ਕਾਰਨ ਮਾਰਕੀਟ ਬਹੁਤ ਹੀ ਪ੍ਰੈਜੈਂਟੇਬਲ ਲੱਗਦੀ ਹੈ। ਬਾਕੀ ਸਰ, ਮਾਰਕੀਟ ਦਾ ਹੀ ਵਧੀਆ ਜੀ, ਔਰ ਓਨਰ ਵੀ ਵਧੀਆ ਨੇ, ਜਿਹੜਾ ਓਨਰ ਵਧੀਆ ਸਰ, ਬਹੁਤ ਵਧੀਆ। ਉਹਦੇ ਵਿੱਚ ਜਦੋਂ ਆਪਾਂ ਐਂਟਰ ਹੁੰਦੇ ਹੈਗੇ ਹਾਂ ਰਾਏਕੋਟ ਵਾਲੇ ਰੋਡ ਦੇ ਉੱਤੋਂ, ਤਾਂ ਇੱਕ ਬੜਾ ਪਿਆਰਾ ਜਿਹੜਾ ਹੈਗਾ ਫਤਿਹ ਬਾਜ਼ਾਰ ਦੇ ਰੂਪ ਦੇ ਵਿੱਚ ਇੱਕ ਸ਼ੋਰੂਮ ਜਿਹੜੇ ਕੱਟੇ ਗਏ ਨੇ, ਜਿਹਦੇ ਵਿੱਚ ਪਾਰਕਿੰਗ ਦੀ ਜਿਹੜੀ ਸਮੱਸਿਆ, ਕਿਉਂਕਿ ਜਦੋਂ ਬੰਦਾ ਪੁੱਲ ਚੜ੍ਹ ਜਾਂਦਾ ਤਾਂ ਪਾਰਕਿੰਗ ਦੇ ਲਈ ਬੰਦੇ ਨੂੰ ਬੜੀ ਔਖਿਆਈ ਆਉਂਦੀ ਹੈਗੀ ਆ, ਔਰ ਉਹ ਸਮੱਸਿਆ ਨੂੰ ਦੇਖਦੇ ਹੋਏ ਪਾਰਕਿੰਗ ਬੜੀ ਪਿਆਰੀ ਇੱਥੇ ਬਣਾ ਕੇ ਔਰ ਇੱਕੋ ਤਰ੍ਹਾਂ ਦੀ ਸਮਿੱਟੀ ਦੇ ਸ਼ੋਰੂਮਸ ਬਣਾਏ ਆ, ਜਿਹਦੇ ਨਾਲ ਇਉਂ ਲੱਗਦਾ ਵੀ ਜਿਵੇਂ ਆਪਾਂ ਮੁੱਲਾਂਪੁਰ ਨਹੀਂ ਕਿਸੇ ਬਹੁਤ ਹੀ ਮੈਟਰੋਪੋਲੀਟਨ ਸਿਟੀ ਦੇ ਵਿੱਚ ਹੋਈਏ। ਕੀ ਕਹਿਣਾ ਚਾਹੋਗੇ ਕਿ ਤੁਸੀਂ ਵੀ ਇੱਥੇ ਇਹਨਾਂ ਤੋਂ ਨਾਲ ਅਟੈਚ ਹੋਏ ਹੈਗੇ ਆ, ਔਰ ਬਹੁਤ ਥੋੜ੍ਹੇ ਦਿਨਾਂ ਦੇ ਵਿੱਚ ਹੀ ਲੋਕਾਂ ਦਾ ਜਿਹੜਾ ਭਰਮਾ ਹੰਗਾਰਾ ਮਿਲ ਰਿਹਾ, ਜਦੋਂ ਬੰਦਾ ਆ ਕੇ ਦੇਖਦਾ ਯਾਰ ਪਾਰਕਿੰਗ ਤਾਂ ਬਹੁਤ ਵਧੀਆ ਚੀਜ਼ ਹੈ, ਵੀ ਨਾਲ ਪਾਰਕਿੰਗ ਕਰਦੇ ਹਾਂ ਅਤੇ ਪਾਰਕਿੰਗ ਕਰਕੇ ਅਸੀਂ ਈਜ਼ੀ ਹੋ ਕੇ ਦਿਮਾਗ ਸਾਡਾ ਫਰੈਸ਼ ਰਹਿੰਦਾ ਹੈਗਾ ਚੀਜ਼ਾਂ ਖਰੀਦਣ ਨੂੰ। ਬਿਲਕੁਲ ਸਹੀ ਗੱਲ ਹੈ ਸਰ, ਉੱਧਰ ਜਿਹੜੀ ਪਾਰਕਿੰਗ ਦੀ ਬਹੁਤ ਦਿੱਕਤ ਆਉਂਦੀ ਸੀ, ਉਸ ਵੱਲੋਂ ਇਸ ਮਾਰਕੀਟ ਬਹੁਤ ਵਧੀਆ, ਪਾਰਕਿੰਗ ਦਾ ਪੂਰਾ ਖਿਆਲ ਰੱਖਿਆ ਗਿਆ ਹੈ ਤਾਂ ਕਿ ਕਸਟਮਰ ਜਿਹੜਾ ਆਉਂਦਾ ਉਹਨੂੰ ਕੋਈ ਦਿੱਕਤ ਨਾ ਆਵੇ। ਉੱਥੇ ਮੇਨ ਸਮੱਸਿਆ ਹੀ ਆ ਜਾਂਦੀ ਸੀ ਕਿ ਪਾਰਕਿੰਗ ਦੀ, ਇੱਥੇ ਦੁਕਾਨਾਂ ਦੇ ਸ਼ੋਰੂਮ ਵੀ ਇਸ ਹਿਸਾਬ ਨਾਲ ਖੋਲ੍ਹੋ ਕਿ ਹਰ ਚੀਜ਼ ਦਾ ਸ਼ੋਰੂਮ ਇੱਥੇ ਖੋਲ੍ਹਿਆ ਜਾਏਗਾ ਕਿ ਜਿਹੜਾ ਵੀ ਕਸਟਮਰ ਆਏਗਾ ਉਹਨੂੰ ਕੋਈ ਦਿੱਕਤ ਨਾ ਹੋਵੇ। ਔਰ ਸਿਮਿਟਰੀ ਜਿਹੜੀ ਉਹਨਾਂ ਨੇ ਇੱਕੋ ਸਿਮਿਟਰੀ ਕੱਟੀ ਹੈਗੀ ਆ, ਉਹ ਸਿਮਿਟਰੀ ਦੇ ਨਾਲ ਇੱਕ ਬੜਾ ਗ੍ਰੇਸਫੁੱਲ ਜਿਹਾ ਚੀਜ਼ ਲੱਗਦੀ ਹੈਗੀ ਆ, ਸੋਹਣੀ ਜੀ। ਜੀ ਜੀ ਅੰਕਲ ਜੀ, ਫਤਿਹ ਬਾਜ਼ਾਰ ਜਿਹੜਾ ਕਿ ਇੱਕ ਲੋਕਾਂ ਦੀ ਆਸਥਾ ਦਾ ਕੇਂਦਰ ਬਣ ਚੁੱਕਿਆ ਹੈਗਾ, ਜਿਸ ਤਰੀਕੇ ਦੇ ਨਾਲ ਜਿਹੜੇ ਸ਼ੋਪਕੀਪਰ ਇੱਥੇ ਆਏ ਆ ਬੜੇ ਵਧੀਆ, ਉਹਨਾਂ ਦੇ ਮਾਇੰਡ ਦੇ ਵਿੱਚ ਵਡਭਾਗੀ ਸਮਝ ਰਹੇ ਆ ਕਿ ਅਸੀਂ ਇਸ ਜਗ੍ਹਾ ਦੇ ਉੱਪਰ, ਜਿੱਦਾਂ ਕਿ ਪਾਰਕਿੰਗ ਦੀ ਸਾਨੂੰ ਬਹੁਤ ਵੱਡੀ ਸਹੂਲਤ ਦਿੱਤੀ ਗਈ ਹੈਗੀ ਆ, ਇੱਕੋ ਤਰ੍ਹਾਂ ਦੇ ਸ਼ੋਰੂਮਸ ਕੱਟੇ ਗਏ ਨੇ। ਇਹ ਕ੍ਰਿਸ਼ਨਾ ਤੁਹਾਡੀ ਔਰ ਬੇਟੇ ਦੀ, ਜਿਹਨੇ ਇੱਕ ਨਵਾਂ ਕਨਸੈਪਟ ਲੈ ਕੇ ਕਿ ਅਸੀਂ ਮੁੱਲਾਂਪੁਰ ਦੀ ਧਰਤੀ ਦੇ ਉੱਪਰ ਇੱਕ ਵਧੀਆ ਜਿਹੜੀ ਹੈਗੀ ਆ ਬਾਜ਼ਾਰ ਫਤਿਹ ਬਾਜ਼ਾਰ ਦੇ ਰੂਪ 'ਚ ਲੋਕਾਂ ਨੂੰ ਦਈਏ, ਕੀ ਕਹਿਣਾ ਚਾਹੋਗੇ? ਅਸੀਂ ਮੁੱਲਾਂਪੁਰ ਦੇ ਵਿੱਚ ਹੀ ਲੋਕਾਂ ਨੂੰ ਕਾਫੀ ਤਾਂ ਟਰੈਫਿਕ ਦੀ ਸਮੱਸਿਆ ਹੁੰਦੀ ਸੀਗੀ, ਜਿੰਨੀਆਂ ਰੈਕ ਰੋਡ 'ਤੇ ਕਰਨਾ ਪੈਣੀਆਂ ਨੇ, ਵਧੀਆ ਸ਼ੋਰੂਮ ਬਣੇ ਪਰ ਉੱਥੇ ਪਾਰਕਿੰਗ ਵਾਸਤੇ ਜਗ੍ਹਾ ਬਿਲਕੁਲ ਹੈ ਨਹੀਂ। ਉਹ ਸਾਡੇ ਮਨ ਵਿੱਚ ਇਹੀ ਇੱਕ ਗੱਲ ਸੀਗੀ ਵੀ ਕੋਈ ਇਹੋ ਜਿਹੀ ਜਗ੍ਹਾ ਬਣਾਈ ਜਾਵੇ ਜਿੱਥੇ ਆਮ ਲੋਕਾਂ ਨੂੰ ਟਰੈਫਿਕ ਦੀ ਸਹੂਲਤ ਹੋਵੇ, ਖੁੱਲ੍ਹਾ ਵਾਤਾਵਰਨ ਹੋਵੇ। ਉਹ ਸੋਚ ਕੇ ਅਸੀਂ ਫਿਰ ਇੱਥੇ ਜਿਵੇਂ ਜਗ੍ਹਾ ਕਵਰ ਕੀਤੀ, ਫਿਰ ਜਗ੍ਹਾ ਬਣਾਈਏ ਲੈ ਕੇ ਵੱਡੇ ਸ਼ੋਰੂਮ ਬਣਾਇਆ, ਮੂਹਰੇ ਪਾਰਕ ਛੱਡੀ ਆ ਜਿਵੇਂ 30 ਫੁੱਟ ਫਰੰਟ ਮੂਹਰੇ ਛੱਡਿਆ ਹੋਇਆ। ਕੀ ਕਹਿਣਾ ਚਾਹੋਗੇ ਕਿ ਹਾਲਾਂਕਿ ਬਹੁਤ ਔਖਾ ਜਦੋਂ ਚੀਜ਼ ਛੱਡਣੀ ਪੈਂਦੀ ਹੈ ਤਾਂ ਅਗਲੇ ਨੂੰ ਆਪਦੀ ਜਗ੍ਹਾ 'ਤੇ ਇੰਨੀ ਮਹਿੰਗੀ ਜਗ੍ਹਾ ਦੇ ਵਿੱਚ ਛੱਡਣੀ ਚੀਜ਼?
ਹਾਂ ਇਹੀ ਮੁਸ਼ਕਿਲ ਆਉਂਦੀ ਆ। ਹਾਂ ਹਰੇਕ ਬੰਦੇ ਨੂੰ ਲਾਣਾ ਕੋਈ ਆਪਦੀ ਜਗ੍ਹਾ ਮੁੜੇ ਜਿਵੇਂ ਇੱਕ ਇੰਚ ਵੀ ਨਹੀਂ ਛੱਡਦਾ ਅਤੇ ਅਸੀਂ ਫਿਰ ਵੀ ਜਿਵੇਂ ਹੁਣ ਜਿਹੜਾ ਹੈਗਾ ਜਿਵੇਂ ਨਗਰ ਪੰਚਾਇਤ ਵੱਲੋਂ 15 ਫੁੱਟ ਤੱਕ ਹੈਗਾ ਕਾਨੂੰਨ ਆਪਾਂ ਛੱਡਣੀ ਚਾਹੀਦੀ ਆ, ਪਰ ਅਸੀਂ ਡਬਲ ਛੱਡੀ ਆ 30 ਫੁੱਟ। ਉਹ ਆਉਣ ਵਾਲੇ ਸਮੇਂ 'ਚ ਅੱਜ ਕੱਲ੍ਹ ਹਰੇਕ ਬੰਦੇ ਕੋਲ ਗੱਡੀਆਂ ਹੈਗੀਆਂ ਨੇ ਸਾਧਨ ਆਉਣ ਦੇ, ਆਪ ਗੱਡੀ 'ਚ ਆਉਂਦੇ ਜਿਹੜੇ ਜਿੰਨੇ ਆਉਂਦੇ ਆ, NRI ਭਾਈ ਹੈਗੇ ਆ, ਹੋਰ ਹੈਗੇ ਆ ਚੰਗੇ ਚੰਗੇ ਜ਼ਿਮੀਂਦਾਰ ਆ ਮੁਲਾਜ਼ਮ ਨੇ ਸਾਰੇ ਜਿੱਥੇ ਹੈਗੇ, ਉਹਨੂੰ ਦੇਖ ਕੇ ਫਿਰ ਇਸਦੇ ਸ਼ੋਰੂਮ ਵੱਡੇ ਬਣਾਏ ਆ ਵਧੀਆ ਸਾਡੇ ਤੱਕ ਜਿਹੜੇ ਸ਼ੋਰੂਮ ਬਣੇ ਆ ਜਿਵੇਂ 15x60 ਫੁੱਟ ਜਾਂ ਇਕੱਲੇ ਇਕੱਲੇ ਹੈਗੇ ਆ ਐਸੇ ਹੀ। ਉਹ ਕੀ ਕਹਿਣਾ ਚਾਹੋਗੇ ਕਿ ਜਿਹੜੇ ਡਿਫਰੈਂਟ ਟਾਈਪ ਆਫ ਸ਼ੋਪਸ ਹੈਗੀਆਂ ਇੱਕੋ ਤਰ੍ਹਾਂ ਦਾ ਨਕਸ਼ਾ ਬੜਾ ਸੋਹਣਾ, ਜਦੋਂ ਬੰਦਾ ਮੁੱਲਾਪੁਰ 'ਚ ਵੜਨ ਲੱਗਦਾ ਫਿਰ ਅਗਲੇ ਦੇ ਮਨ ਨੂੰ ਖੁਸ਼ੀ ਹੁੰਦੀ ਹੈ ਯਾਰ, ਇਹ ਤਾਂ ਬਹੁਤ ਨਜ਼ਾਰੇ ਵਾਲੀ ਚੀਜ਼ ਆ। ਔਰ NRI ਵੀਰ ਜਿਹੜੇ ਬੜੇ ਖੁਸ਼ ਹੁੰਦੇ ਉਹ ਕਹਿੰਦੇ ਬਈ ਫਤਿਹ ਬਾਜ਼ਾਰ ਬਣਾ ਕੇ ਤੁਸੀਂ ਨਜ਼ਾਰਾ ਲਿਆ ਤਾ। ਸਾਰੇ ਬੰਦੇ ਬਹੁਤ ਖੁਸ਼ੀ ਮਹਿਸੂਸ ਕਰਦੇ ਆ ਜਦੋਂ ਆਉਂਦੇ ਆ, ਅਗਲਾ ਧੰਨਵਾਦ ਕਰਕੇ ਜਾਂਦੇ ਆ ਵੀ ਤੁਹਾਨੂੰ ਸਾਨੂੰ ਜਗ੍ਹਾ ਜੀ ਹੈਗੀ ਪਾਰਕਿੰਗ ਵਾਸਤੇ ਖੁੱਲ੍ਹੀ ਜਗ੍ਹਾ ਮਿਲਦੀ ਆ, ਅਤੇ ਬਾਕੀ ਤੁਹਾਡੇ ਜਿਹੜੇ ਹੈਗੇ ਆ ਇੱਥੇ ਦੁਕਾਨਦਾਰ ਵੀ ਜਿਹੜੇ ਹੈਗੇ ਆ ਕਿਰਾਏਦਾਰ ਆ, ਲੋਕਾਂ ਨਾਲ ਬਹੁਤ ਵਧੀਆ ਡੀਲ ਇਹਨਾਂ ਦੀ, ਵਧੀਆ ਵਿਹਾਰ ਕਰਦੇ ਆ। ਔਰ ਤੁਸੀਂ ਵੀ ਇਹਨਾਂ ਨੂੰ ਹਰੇਕ ਤਰ੍ਹਾਂ ਦੀ ਫੈਸਿਲਿਟੀ ਦਿੰਦੇ ਹੋ, ਤੁਸੀਂ ਇਹਨਾਂ ਨੂੰ ਕਹਿੰਦੇ ਕੋਈ ਗੱਲ ਨਹੀਂ ਭਾਈ ਜਿਵੇਂ ਮਰਜ਼ੀ ਹੋ ਜਾਵੇ ਪਰ ਆਪਾਂ ਤੁਸੀਂ ਖੁਸ਼ ਰਹਿਣਾ ਚਾਹੀਦੇ। ਇਹਦਾ ਮੇਨ ਹੈਗਾ ਇਹਨਾਂ ਨੂੰ ਸਹੂਲਤਾਂ ਦੇਣੀਆਂ ਪੈਂਦੀਆਂ ਨੇ ਜਿੰਨੇ ਵੀ ਹੈਗੇ ਆ ਹੁਣ ਆਪਣੇ ਕਿਰਾਏਦਾਰ ਵੀ ਬੈਠੇ ਜਾ ਰਹੇ, ਉਹਨਾਂ ਨੂੰ ਜਿਵੇਂ ਹਰੇਕ ਤਰ੍ਹਾਂ ਦੀ ਪਾਣੀ ਦੀ ਹੈਗੀ ਆ ਸਪਲਾਈ ਸਾਡੀ, ਹੋਰ ਬਾਥਰੂਮ ਲੈਟਰੀਨਾਂ ਦਾ ਪੂਰਾ ਪ੍ਰਬੰਧ ਕੀਤਾ ਹੋਇਆ ਅਤੇ ਬਿਜਲੀ ਦਾ ਪੂਰਾ ਹੈਗਾ ਪ੍ਰਬੰਧ, ਇਸ ਤਰ੍ਹਾਂ ਹਰੇਕ ਤਰ੍ਹਾਂ ਹੈਗਾ। ਮਗਰਾ ਅੱਗੇ ਰਹਿ ਗਿਆ ਅਤੇ ਮਗਰ ਵੀ ਹੈਗੇ ਅੰਕਲ ਜੀ? ਹਾਂ ਮਗਰ ਵੀ ਥੋੜ੍ਹੇ ਹੈਗੇ ਆ ਬਣਾ ਰਹੇ ਹਾਂ, ਹੋਰ ਜਿਵੇਂ ਉਹ ਥੋੜ੍ਹੇ ਦੋ ਛੋਟੇ ਹੋਣਗੇ ਅਤੇ ਕੁਛ ਬਣ ਗਏ, ਕੁਛ ਮੁੜੇ ਆਉਣ ਵਾਲੇ ਸਮੇਂ 'ਚ ਬਣਾਵਾਂਗੇ। ਫਤਿਹ ਬਾਜ਼ਾਰ 'ਚ ਪਿੱਛੇ ਵੀ ਅਸੀਂ ਸ਼ੋਪਸ ਕੱਢੀਆਂ ਹੋਈਆਂ ਹਨ, ਇੱਥੇ ਵੀ ਹੁਣ ਖੁੱਲ੍ਹਣਗੀਆਂ। ਇੱਕ ਤਾਂ ਜਿੰਮ ਦੀ ਦੁਕਾਨ ਖੁੱਲ੍ਹ ਚੁੱਕੀ ਹੈ, ਫਲਿੱਪਕਾਰਟ ਵਾਲੀ ਖੁੱਲ੍ਹ ਚੁੱਕੀ ਹੈ, ਬਾਕੀ ਆ ਛੋਟੀਆਂ ਛੋਟੀਆਂ ਦੁਕਾਨਾਂ ਵੀ ਕੱਟੀਆਂ ਗਈਆਂ ਹਨ, ਹੋਰ ਵੀ ਦੁਕਾਨਾਂ ਕੱਟੀਆਂ ਜਾਣਗੀਆਂ ਇੱਥੇ। ਕਿ ਫਤਿਹ ਪਰਿਵਾਰ ਨੇ ਵੀ ਜਿਹੜਾ ਹੈਗਾ ਆਪਣਾ ਇੱਕ ਵਿੱਚ ਸ਼ੋਰੂਮ ਰੱਖਿਆ ਹੋਇਆ ਅਤੇ ਇਹ ਪੂਰੀ ਤਰ੍ਹਾਂ ਦੇ ਨਾਲ ਹਰੇਕ ਦੇ ਨਾਲ ਅਟੈਚ ਹੋ ਕੇ ਚੱਲ ਰਹੇ ਨੇਗੇ, ਨਾਲ ਮਾਰਕੀਟ ਬਣਾ ਦਈ ਇੰਨੀ ਪਿਆਰੀ, ਨਾਲ ਹਰੇਕ ਦਾ ਧਿਆਨ ਰੱਖਦੇ ਨੇ ਔਰ ਬਹੁਤ ਹੀ ਗ੍ਰੇਸਫੁੱਲ ਚੀਜ਼ਾਂ ਜਿਹੜੀਆਂ ਇੱਥੇ ਤੁਸੀਂ ਪਰਚੇਜ਼ ਕਰ ਸਕਦੇ ਹੋ। ਆਪਾਂ ਦੇਖ ਸਕਦੇ ਹਾਂ ਵੀ ਸ਼ੋਰੂਮ ਬਹੁਤ ਪਿਆਰਾ, ਜਿੱਥੇ ਤੁਸੀਂ ਰੈਡੀਮੇਡ ਸ਼ਰਟਸ ਪੈਂਟਸ ਹੋਰ ਵੀ ਜਿਹੜਾ ਹੈਗਾ ਕੱਪੜਾ ਆਪਣਾ ਲੈ ਸਕਦੇ ਹੋ ਸਾਰਾ।